ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਲਖਵਿੰਦਰ ਸਿੰਘ, ਪੰਜਾਬ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ, ਜੋ ਕਿ ਪਿਛਲੇ 4 ਮਹੀਨੇ ਤੋਂ ਲਗਾਤਾਰ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ, ਪਿਛਲੇ 2 ਮਹੀਨੇ ਤੋਂ ਦਿੱਲੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਜਿਹੜੇ ਸੜਕਾਂ 'ਤੇ ਬੈਠ ਕੇ 3 ਜਿਹੜੇ ਕਾਲੇ ਕਾਨੂੰਨ ਸੈਂਟਰ ਸਰਕਾਰ ਵੱਲੋਂ ਬਣਾਏ ਗਏ ਉਹਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਲਈ ਡਟੇ ਹੋਏ ਆ। ਸੋ ਕਾਫੀ ਸਮੇਂ ਤੋਂ ਜਿਹੜਾ ਸਰਕਾਰ ਦੇ ਨਾਲ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਅੱਜ ਜਦੋਂ ਅਸੀਂ ਪੰਜਾਬ ਦੇ ਵਿੱਚ ਪਹੁੰਚੇ ਤਾਂ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਿਛਲੇ ਸਮੇਂ 'ਚ ਜੋ ਘਟਨਾਵਾਂ ਹੋਈਆਂ ਉਹਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਸੋ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਕੁੰਡਲੀ ਬਾਰਡਰ ਅਤੇ ਹੋਰ ਜਿੰਨੇ ਵੀ ਬਾਰਡਰ ਆ ਉੱਥੇ ਮਾਹੌਲ ਬਿਲਕੁਲ ਹੀ ਠੀਕ ਆ, ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰੀ ਜਿਸ ਤਰ੍ਹਾਂ ਦਾ ਮੀਡੀਆ ਦੇ ਉੱਤੇ ਦਿਖਾਇਆ ਜਾ ਰਿਹਾ। ਲੋਕ ਬੜੇ ਆਰਾਮ ਨਾਲ ਆਪਣੀਆਂ ਉਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ। ਸੋ ਅਸੀਂ ਜਿੱਦਾਂ ਪਹਿਲਾਂ ਕਿਸਾਨ ਆਗੂਆਂ ਦੀਆਂ ਜਿਹੜੀਆਂ ਕੌਲ ਦਿੱਤੀਆਂ ਸੀ ਉਹਦੇ ਉੱਤੇ ਆਪਾਂ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਆਪਣੀਆਂ ਹਾਜ਼ਰੀਆਂ ਭਰੀਆਂ। ਸੋ ਹੁਣ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਘਰ ਦੇ ਵਿੱਚ ਘਰ ਘਰ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਆਪਣੇ ਵਹੀਕਲ ਲੈ ਕੇ, ਕਾਰਾਂ ਲੈ ਕੇ, ਗੱਡੀਆਂ ਲੈ ਕੇ ਚੇਤੇ ਜ਼ਰੂਰ, ਤਾਂ ਜੋ ਇਹ ਜਿਹੜਾ ਸਾਡਾ ਸੰਘਰਸ਼ ਆ ਉਹਨੂੰ ਜਿੱਤ ਕੇ ਅਸੀਂ ਵਾਪਸ ਆ ਸਕੀਏ। ਸੋ ਅੱਜ ਜਿਹੜਾ ਸਰਕਾਰ ਵੱਲੋਂ ਸਾਰੇ ਹੀ ਲੀਡਰ ਸਾਹਿਬਾਨ ਦੇ ਉੱਤੇ FIR ਦਰਜ ਕੀਤੀਆਂ ਗਈਆਂ। ਸੋ ਮੈਂ ਸਮਝਦਾ ਕਿ ਸਰਕਾਰ ਇਸ ਤਰ੍ਹਾਂ ਸਾਨੂੰ ਦਬਾ ਨਹੀਂ ਸਕਦੀ ਅਤੇ ਨਾ ਹੀ ਇਸ ਤਰ੍ਹਾਂ ਡਰਾ ਕੇ ਸਾਡੇ ਸੰਘਰਸ਼ ਨੂੰ ਤਾਰਪੇਡੋ ਕਰ ਸਕਦੀ ਹੈ। ਸੋ ਮੈਂ ਸਮੂਹ ਪੰਜਾਬੀਆਂ ਨੂੰ ਅਤੇ ਹਰਿਆਣਾ ਅਤੇ ਹੋਰ ਸਟੇਟਾਂ ਦੇ ਜਿੰਨੇ ਵੀ ਸਾਡੇ ਕਿਸਾਨ ਵੀਰ ਆ ਉਹਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਲਗਾਤਾਰ ਜਿੱਦਾਂ ਅਸੀਂ ਪਹਿਲਾਂ ਕਾਫਲੇ ਲੈ ਕੇ ਜਾ ਰਹੇ ਸੀ ਉਸੇ ਤਰ੍ਹਾਂ ਹਰ ਬਾਰਡਰ ਦੇ ਉੱਤੇ ਪਹੁੰਚੀਏ ਤਾਂ ਜੋ ਅਸੀਂ ਆਪਣੇ ਹੱਕ ਲੈ ਕੇ ਜਲਦ ਤੋਂ ਜਲਦ ਆਪਣੇ ਘਰਾਂ ਨੂੰ ਵਾਪਸੀ ਕਰ ਸਕੀਏ। ਸੋ ਦੇਖੋ ਜੀ, ਹੁਣ ਗੱਲ FIR ਦੀ ਨਹੀਂ, ਪਹਿਲਾਂ ਤਾਂ ਜਿਹੜੀਆਂ ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ। ਸੋ ਸਾਡਾ ਪੂਰਾ ਧਿਆਨ ਉਹਦੇ ਉੱਤੇ ਆ, FIR ਦਰਜ ਕੀਤੀਆਂ ਕੋਈ ਗੱਲ ਨਹੀਂ। ਸੋ ਸਾਡੀ ਪਹਿਲੀ ਜਿਹੜੀ ਮੰਗ ਆ 3 ਕਾਲੇ ਕਾਨੂੰਨ ਜਿਹੜੇ ਉਹ ਵਾਪਸ ਕੀਤੇ ਜਾਣ, FIR ਦੀ ਗੱਲ ਬਾਅਦ 'ਚ ਆ, ਉਹ ਫਿਰ ਦੇਖਾਂਗੇ ਕਿਸ ਤਰ੍ਹਾਂ ਕੀ ਕਰਨਾ। ਦੇਖੋ ਜੀ, ਲੇਟੈਸਟ ਨਿਊਜ਼ ਸਾਡੀ ਹੁਣ ਵੀ ਉੱਥੇ ਗੱਲ ਹੋਈ ਹੈ, ਲੋਕ ਬਿਲਕੁਲ ਹੀ ਇਸ ਤਰ੍ਹਾਂ ਬਾਰਡਰ ਜਿਹੜੇ ਖਾਲੀ ਨਹੀਂ ਕਰਨਗੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਕਿਉਂਕਿ ਤੁਸੀਂ ਦੇਖੋ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ, ਪਿਛਲੇ 2 ਮਹੀਨੇ ਤੋਂ ਸੜਕਾਂ ਦੇ ਉੱਤੇ ਬੈਠੇ ਆ। ਸਰਕਾਰ ਅੱਜ ਮੰਗਾਂ ਮੰਨ ਲਵੇ ਤਾਂ ਰੋਡ ਬਿਲਕੁਲ ਖਾਲੀ ਹੋ ਜਾਣਗੇ, ਪਰ ਇਸ ਤਰ੍ਹਾਂ ਜੇ ਜ਼ਬਰਦਸਤੀ ਇਹ ਸਰਕਾਰ ਉਠਾਉਣ ਦਾ ਯਤਨ ਕਰੂਗਾ, ਯਤਨ ਕਰੇਗੀ ਤਾਂ ਮਾਹੌਲ ਬਹੁਤ ਖਰਾਬ ਹੋ ਸਕਦਾ। ਉਸ ਦੀ ਜਿਹੜੀ ਰਿਸਪੋਂਸੀਬਿਲਟੀ ਸਰਕਾਰ ਦੀ ਹੋਏਗੀ। ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ, ਪੰਜਾਬ ਉੱਤੇ ਜਦੋਂ ਜਦੋਂ ਵੀ ਮੁਸ਼ਕਲ ਆਈ ਹੈ ਕੋਈ, ਉਹਦਾ ਕਾਰਨ ਦਿੱਲੀ ਸਰਕਾਰ ਹੀ ਰਹੀ ਹੈ, ਇਹ ਕਿਉਂ? ਦੇਖੋ ਜੀ, ਇਹਦੇ ਬਾਰੇ ਤੁਸੀਂ ਜਾਣਦੇ ਹੋ ਕਿ ਸਮੇਂ-ਸਮੇਂ ਦੇ ਉੱਤੇ ਸੈਂਟਰ ਸਰਕਾਰ ਵੱਲੋਂ ਘੱਟ ਗਿਣਤੀਆਂ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਰਿਹਾ। ਸੋ ਪੰਜਾਬ ਦਾ ਇੱਕ ਸ਼ੁਰੂ ਤੋਂ ਸੁਭਾਅ ਰਿਹਾ ਕਿ ਜਦੋਂ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ ਉੱਥੇ ਅਸੀਂ ਖੜਦੇ ਹਾਂ, ਜੇ ਕੋਈ ਸਾਡੇ ਨਾਲ ਧੱਕਾ ਹੁੰਦਾ ਜਾਂ ਕਿਸੇ ਨਾਲ ਵੀ ਕੋਈ ਧੱਕਾ ਹੁੰਦਾ। ਸੋ ਜਦੋਂ ਗੱਲ ਹੁਣ ਜਿਹੜੀ ਕਿਸਾਨਾਂ ਦੀ ਆ, ਸਾਡੀਆਂ ਜ਼ਮੀਨਾਂ ਦੀ ਗੱਲ ਆ, ਇਹ ਕਾਲੇ ਕਾਨੂੰਨ ਬਣਾ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਜਿਹੜਾ ਦੱਬਣ ਦਾ ਰਾਹ ਪੱਧਰ ਕੀਤਾ ਜਾ ਰਿਹਾ। ਸੋ ਇਹ ਜ਼ਰੂਰੀ ਸੀ ਕਿ ਪੰਜਾਬ ਦੇ ਲੋਕਾਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਆ, ਹੌਲੀ ਹੌਲੀ ਸਾਰੀਆਂ ਹੀ ਸਟੇਟਾਂ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਇਹ ਅੰਦੋਲਨ ਜਿਹੜਾ ਖੜ੍ਹਾ ਹੋ ਗਿਆ ਅਤੇ ਬਾਹਰ ਜਿੰਨੀਆਂ ਵੀ ਕੰਟਰੀਆਂ ਸੀ ਉੱਥੋਂ ਬਹੁਤ ਵੱਡਾ ਸਹਿਯੋਗ ਜਿਹੜਾ ਇਸ ਮੋਰਚੇ ਨੂੰ ਮਿਲ ਰਿਹਾ। ਤੁਸੀਂ ਦੇਖ ਰਹੇ ਹੋ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਪਿਛਲੇ ਦਿਨੀਂ ਜਿਹੜੀਆਂ ਕੌਲਾਂ ਦਿੱਤੀਆਂ 26 ਜਨਵਰੀ ਦੀ, ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਲੋਕ ਆਪਣੇ ਟਰੈਕਟਰ ਲੈ ਕੇ ਦਿੱਲੀ ਨੂੰ ਜਿਹੜਾ ਪਹੁੰਚੇ ਸੀਗੇ। ਸੋ ਇਹ ਜਦੋਂ ਜਦੋਂ ਵੀ ਸਰਕਾਰਾਂ ਧੱਕੇ ਕਰਦੀਆਂ ਅਤੇ ਸੰਘਰਸ਼ੀ ਲੋਕ ਆਪਣੀ ਜਿਹੜੀ ਆਵਾਜ਼ ਜ਼ਰੂਰ ਬੁਲੰਦ ਕਰਦੇ ਆ। ਜੇਕਰ ਆਪਾਂ ਗੱਲ ਕਰੀਏ ਹੈ ਨਾ, ਪਿੱਛੇ ਬੈਠਕਾਂ ਜਿੰਨੀਆਂ ਵੀ ਹੋ ਚੁੱਕੀਆਂ ਉਹਦਾ ਕੋਈ ਸਿੱਟਾ ਨਹੀਂ ਲੱਗਿਆ, ਕੀ ਤੁਹਾਨੂੰ ਲੱਗਦਾ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਕਿ ਕਿਸਾਨਾਂ ਨਾਲ ਝੁੱਕ ਜਾਏਗੀ? ਬਿਲਕੁਲ, ਗੱਲ ਝੁਕਣ ਦੀ ਨਹੀਂ, ਸਰਕਾਰ ਨੂੰ ਮੰਨ ਲੈਣਾ ਚਾਹੀਦਾ, ਕਿਉਂਕਿ ਮੀਟਿੰਗਾਂ ਦੇ ਵਿੱਚ ਉਹ ਇਹ ਗੱਲ ਮੰਨਦੇ ਆ ਕਿ ਕਾਨੂੰਨਾਂ ਦੇ ਵਿੱਚ ਜ਼ਰੂਰ ਕੁਛ ਗਲਤੀਆਂ ਹੈਗੀਆਂ, ਤੁਸੀਂ ਸੋਧਾਂ ਕਰਵਾ ਲਓ। ਪਰ
ਉੱਥੇ ਇਹੀ ਗੱਲ ਆਉਂਦੀ ਆ ਕਿ ਇਹ ਜਿਹੜੇ ਕਾਨੂੰਨ ਸਾਨੂੰ ਪੂਰੇ ਬਿਲਕੁਲ ਵੀ ਮਨਜ਼ੂਰ ਨਹੀਂ, ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਸੰਘਰਸ਼ ਜਾਰੀ ਰਹੂਗਾ। ਸੋ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਸਰਕਾਰ ਅੱਜ ਨਹੀਂ ਤਾਂ ਕੱਲ੍ਹ ਇੰਨੇ ਲੱਖਾਂ ਹੀ ਲੋਕਾਂ ਦੀ ਜਿਹੜੀ ਗੱਲ ਆ ਉਹਨੂੰ ਸਮਝੇਗੀ ਅਤੇ ਜਿਹੜੇ ਕਾਨੂੰਨ ਜਲਦ ਤੋਂ ਜਲਦ ਵਾਪਸ ਲਏਗੀ। ਤੁਸੀਂ ਸਰ ਅੰਦੋਲਨ ਨੂੰ ਕਦੋਂ ਜੁਆਇਨ ਕਰੋਗੇ ਜਾ ਕੇ ਦੁਬਾਰਾ? ਦੇਖੋ ਜੀ, ਅਸੀਂ ਲਗਾਤਾਰ ਹੀ ਅੰਦੋਲਨ ਦੇ ਵਿੱਚ ਹਾਂ, ਪਹਿਲੇ ਦਿਨ ਤੋਂ ਹੀ। ਸੋ ਅੱਜ ਜਿਹੜਾ ਕੁਛ ਇੱਕ ਜ਼ਰੂਰੀ ਜਿਹੜਾ ਕੰਮ ਸੀ ਉਹਦਾ ਕਰਕੇ ਪੰਜਾਬ ਦੇ ਵਿੱਚ ਆਏ ਸੀ, ਉਹ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨੀ ਘਟਨਾਵਾਂ ਹੋਈਆਂ, ਕੁਛ ਲੋਕਾਂ ਦੇ ਵਿੱਚ ਨਿਰਾਸ਼ਤਾ ਪੈਦਾ ਹੋਈ ਸੀ, ਅਸੀਂ ਆਪਣੀਆਂ ਜਿਹੜੀਆਂ ਟੀਮਾਂ ਨੂੰ ਫਿਰ ਤਿਆਰ ਕਰ ਰਹੇ ਹਾਂ ਅਤੇ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਪਿੰਡ ਪਿੰਡ ਦੇ ਵਿੱਚੋਂ ਵੱਡੇ ਕਾਫਲੇ ਜਿਹੜੇ ਦਿੱਲੀ ਮੋਰਚਿਆਂ ਵੱਲ ਨੂੰ ਜਾਣ। ਸੋ ਉਹਦੀ ਤਿਆਰੀ ਲਈ ਅਸੀਂ ਜਿਹੜਾ ਕੱਲ੍ਹ ਦਾ ਦਿਨ, ਕੱਲ੍ਹ ਸ਼ਾਮ ਨੂੰ ਫਿਰ ਜਿਹੜਾ ਵਾਪਸ ਜਾ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਜੱਥੇ ਲੈ ਕੇ ਜਿਹੜਾ ਅਸੀਂ ਉਹਨਾਂ ਮੋਰਚਿਆਂ ਦੇ ਵਿੱਚ ਫਿਰ ਆਪਣੀ ਜਿਹੜੀ ਹਾਜ਼ਰੀ ਲਵਾਉਣ ਜਾ ਰਹੇ ਹਾਂ। ਤੁਹਾਡਾ ਸਰ ਜਿਹੜਾ ਇਹ ਅੰਦੋਲਨ ਖਰਾਬ ਕਰਨ ਲਈ ਸਟੈਪ ਲਏ ਗਏ, ਸਰਕਾਰ ਵੱਲੋਂ ਲਏ ਗਏ ਕਿ ਕਿਸੇ ਹੋਰ? ਦੇਖੋ ਸਰਕਾਰ ਪਹਿਲੇ ਦਿਨ ਤੋਂ ਹੀ ਤਰ੍ਹਾਂ ਤਰ੍ਹਾਂ ਦੇ ਵੱਖ ਜਿਹੜੇ ਲੋਕ ਆ ਉਹਨਾਂ ਨੂੰ ਮੋਰਚੇ ਦੇ ਵਿੱਚ ਭੇਜ ਕੇ ਇਸ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਆ, ਕਿਉਂਕਿ ਉਹ ਇਹ ਨਹੀਂ ਚਾਹੁੰਦੇ ਕਿ ਕਿਸਾਨਾਂ ਦੀ ਜਿਹੜੀ ਮੰਗ ਨੂੰ ਇੰਨੇ ਸੌਖੇ ਮੰਨਿਆ ਜਾਵੇ ਅਤੇ ਕਿਸਾਨ ਜਿਹੜੇ ਆਪਣੇ ਘਰ ਚਲੇ ਜਾਣ। ਸੋ ਸਰਕਾਰ ਆਪਣੇ ਹੱਥ ਕੰਡੇ, ਏਜੰਸੀਆਂ ਆਪਣੇ ਹੱਥ ਕੰਡੇ ਅਪਣਾਉਂਦੀਆਂ, ਸੋ ਲਗਾਤਾਰ ਵਰਤ ਰਹੀਆਂ ਉਹ ਚਾਹੇ ਕਿਸੇ ਦੇ ਥਰੂ ਵੀ, ਪਰ ਅੱਜ ਜਿਹੜਾ ਸਾਡਾ ਪੂਰਾ ਧਿਆਨ ਆ ਉਹ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਲਈ, ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਆ ਜੋ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ, ਗਰਾਊਂਡ 'ਤੇ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ। ਸੋ ਸਾਰਿਆਂ ਨੂੰ, ਕਿਉਂਕਿ ਸਾਰੇ ਹੀ ਪੰਜਾਬ ਦੇ ਜਾਂ ਹੋਰ ਸਟੇਟਾਂ ਦੇ ਲੋਕ ਆ ਉਹਨਾਂ ਦੇ ਰਿਲੇਟਿਵ ਜਿਹੜੇ ਉੱਥੇ ਬੈਠੇ ਆ, ਸੋ ਉਹਨਾਂ ਕੋਲੋਂ ਵੀ ਅਪਡੇਟ ਲੈ ਸਕਦੇ ਆ। ਸੋ ਸਰਕਾਰਾਂ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀਆਂ, ਪਰ ਲੋਕ ਸਮਝਦਾਰ ਆ, ਉਹ ਸਰਕਾਰ ਦੀਆਂ ਚਾਲਾਂ 'ਚ ਆਉਣ ਵਾਲੇ ਨਹੀਂ ਹੈ। ਸਰ ਜਿਵੇਂ ਸਰਕਾਰ ਆਪਣਾ ਪੱਖ ਰੱਖ ਚੁੱਕੀ ਹੈ ਕਿ ਅਸੀਂ ਬਿੱਲ ਵਾਪਸ ਨਹੀਂ ਲੈਣਾ, ਔਰ 1.5 ਸਾਲ ਵਾਸਤੇ ਉਹਨਾਂ ਨੇ ਉਹਨੂੰ ਹੋਲਡ ਕਰ ਦਿੱਤਾ, ਅਤੇ ਕੀ ਇਸ ਨੂੰ ਹੁਣ ਤੁਹਾਡੀ ਨਜ਼ਰ ਕਿਸ ਤਰ੍ਹਾਂ ਕੀ ਹੈ ਸਰ ਹੁਣ ਅੱਗਾ? ਦੇਖੋ ਜਿਹੜੀ ਉਹਨਾਂ ਨੇ 1.5 ਸਾਲ ਦੀ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ, ਕਿਸਾਨ ਆਗੂਆਂ ਨੇ, ਕਿਸਾਨ ਵੀਰਾਂ ਨੇ ਇਸ ਕਮੇਟੀ ਨੂੰ ਨਕਾਰ ਦਿੱਤਾ ਕਿ ਅਸੀਂ ਇਹੋ ਜਿਹੀ ਕਮੇਟੀ ਨਹੀਂ ਬਣਾਉਣੀ, ਕਿਉਂਕਿ ਕਮੇਟੀਆਂ ਦੇ ਫੈਸਲੇ ਜਿਹੜੇ ਉਹ ਲੰਮਾ ਸਮਾਂ ਉਹ ਜਿਹੜੇ ਫੈਸਲੇ ਨੂੰ ਲਮਕਾਉਣ ਦੀ ਗੱਲ ਹੁੰਦੀ ਆ। ਸੋ ਇਹ ਅੰਦੋਲਨ ਜਿਹੜਾ ਬਹੁਤ ਵੱਡਾ ਅੰਦੋਲਨ ਆ, ਸੋ ਲੋਕਾਂ ਦੀ ਇਹ ਮੰਗ ਆ, ਕਿਸਾਨਾਂ ਦੀ ਇਹ ਮੰਗ ਆ, ਹਰ ਇਨਸਾਫਸੰਦ ਬੰਦੇ ਦੀ ਇਹ ਲੋਕਾਂ ਦੀ ਇਹ ਮੰਗ ਆ ਕਿ ਇਹਨਾਂ ਕਾਨੂੰਨਾਂ ਨੂੰ ਜਲਦ ਤੋਂ ਜਲਦ ਬਿਲਕੁਲ ਮੁੱਢੋਂ ਹੀ ਰੱਦ ਕੀਤਾ ਜਾਵੇ। ਸੋ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝ ਕੇ ਇਹਨਾਂ ਬਿੱਲਾਂ ਨੂੰ, ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਨਾ ਚਾਹੀਦਾ। ਧੰਨਵਾਦ।